ਇਹ ਅਧਿਆਤਮਿਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666 ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੈ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦਿੰਦੇ ਡਾਕਟਰ ਕਾਲਾ ਸਿੰਘ ਅਤੇ ਅੱਜ ਅਸੀਂ ਫੋਕਸ ਕਰਕੇ ਗੱਲਬਾਤ ਕਰਾਂਗੇ ਕਰਾਮਾਤ ਕੀ ਹੈ। ਅਸਲ ਵਿੱਚ ਕਰਾਮਾਤ ਤਾਂ ਹਰ ਰੋਜ਼ ਹੋ ਰਹੀ ਹੈ, ਐਗਜ਼ਿਸਟੈਂਸ ਹੀ ਇੱਕ ਕਰਾਮਾਤ ਹੈ। ਅਸੀਂ ਸਾਹ ਲੈ ਰਹੇ ਹਾਂ, ਇਹ ਕਰਾਮਾਤ ਹੈ, ਇੱਕ ਮਿਰੇਕਲ ਹੈ। ਹੋਰ ਆਸ ਪਾਸ ਜਦੋਂ ਅਸੀਂ ਦੇਖਦੇ ਹਾਂ ਤਾਂ ਵਰਚੁਅਲੀ ਲਾਈਫ ਇਜ਼ ਫੁੱਲ ਆਫ ਮਿਰੇਕਲਸ, ਲੇਕਿਨ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ ਬਹੁਤ ਵਾਰ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਕਿ ਅਸੀਂ ਸਮਝਦੇ ਹਾਂ ਐਕਸਟਰਾ ਆਰਡਨਰੀ ਨੇ। ਕੋਈ ਸਾਨੂੰ ਕਹਿ ਦਿੰਦਾ, ਕੋਈ ਚੀਜ਼ ਸਾਡੇ ਸਾਹਮਣੇ ਆ ਜਾਂਦੀ ਹੈ, ਤਾਂ ਫਿਰ ਉਸ ਤੋਂ ਅਸੀਂ ਪ੍ਰਭਾਵਿਤ ਹੋ ਕੇ ਕਹਿੰਦੇ ਹਾਂ ਕਿ ਇਹ ਤਾਂ ਮਿਰੇਕਲ ਹੈ। ਮਿਰੇਕਲ ਦਾ ਕੀ ਕੋਨਸੈਪਟ ਹੈ ਸਿੱਖੀ ਦੇ ਵਿੱਚ, ਇਸ ਬਾਰੇ ਅੱਜ ਉਹ ਜਾਣਕਾਰੀ ਲੈਂਦੇ ਹਾਂ ਡਾਕਟਰ ਕਾਲਾ ਸਿੰਘ ਤੋਂ। ਡਾਕਟਰ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਇੱਕ ਚੀਜ਼ ਦਾ ਅਸੀਂ ਧਿਆਨ ਦੇਣਾ ਆ ਕਿ ਅਸੀਂ ਸੇਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਆ, ਬਿਲਕੁਲ ਕਿਸੇ ਹੋਰ ਗ੍ਰੰਥ ਤੋਂ ਨਹੀਂ ਅਤੇ ਕਿਸੇ ਕਥਾ ਕਹਾਣੀਆਂ ਤੋਂ ਨਹੀਂ ਜੀ। ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ ਕਿ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਆ, ਔਰ ਉਹਦੇ ਵਿੱਚ ਸਾਨੂੰ ਜੋ ਸਿੱਖਿਆ ਮਿਲਣੀ ਹੈ ਅਸੀਂ ਉਹਦੇ ਉੱਪਰ ਆਪਣਾ ਇਹ ਡਿਸਕਸ਼ਨ ਜਿਹੜੀ ਆ ਆਧਾਰਿਤ ਕਰਨੀ ਹੈ ਜੀ। ਪਹਿਲੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ 1245 ਅੰਕੁਰ ਉੱਪਰ ਕਿ ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ, ਸੱਚੈ ਸ਼ਰਮੇ ਬਾਹਰੈ ਅੱਗੇ ਲਹੇ ਨਾ ਦਾਦ, ਅਕਲ ਇਹ ਨਾ ਆਖੀਏ ਅਕਲ ਗਵਾਈਏ ਬਾਦ, ਅਕਲੀ ਸਾਹਿਬ ਸੇਵੀਐ ਅਕਲੀ ਪਾਈਏ ਮਾਣ ਜੀ। ਜੇ ਸਾਹਿਬ ਨੂੰ ਸੇਵਣਾ ਵੀ ਆ ਅਕਲ ਲਗਾ ਕੇ, ਅਕਲੀ ਪੜ੍ਹ ਕੇ ਬੁੱਝੀਏ ਗੁਰੂ ਦਾ ਸ਼ਬਦ ਪੜ੍ਹਨਾ ਵਾ ਅਕਲ ਲਗਾ ਕੇ, ਅਕਲੀ ਕੀਚੈ ਦਾਨ ਜੇ ਦਾਨ ਵੀ ਕਿਤੇ ਦੇਣਾ ਤਾਂ ਅਕਲ ਦੇ ਨਾਲ ਕਰਨਾ ਆ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਗੁਰੂ ਸਾਹਿਬਾਂ ਨੇ ਅਕਲ ਇਹ ਆ ਜਾਂ ਅਕਲ ਦੇ ਨਾਲ ਗੁਰੂ ਦੀ ਸੇਵਾ ਕਰਨੀ। ਗੁਰੂ ਦੀ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਗੁਰ ਦੀ ਸ਼ਬਦ ਦੀ ਵਿਚਾਰ ਕਰਨੀ ਹੈ, ਇਹੀ ਅਕਲ ਹੈ, ਔਰ ਉਹ ਅਕਲ ਲਗਾ ਕੇ ਕਰਨੀ ਆ, ਬਿਨਾਂ ਅਕਲ ਦੇ ਨਹੀਂ ਜੀ। ਕਰਾਮਾਤ ਜਿਹੜੀਆਂ ਨੇ ਹਰਪ੍ਰੀਤ ਸਿੰਘ ਜੀ, ਇਹ ਗੁਰੂ ਸਾਹਿਬਾਂ ਦੇ ਨਾਲ ਸਪੈਸ਼ਲੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਹੁਤ ਜੁੜੀਆਂ ਹੋਈਆਂ ਨੇ। ਬਿਲਕੁਲ, ਸਟਾਰਟ ਤੋਂ ਹੀ ਗੁਰੂ ਸਾਹਿਬ ਜਦੋਂ ਪੈਦਾ ਹੋਏ ਕਰਾਮਾਤ ਉਸੇ ਵੇਲੇ ਜੋੜ ਦਿੱਤੀ ਗਈ ਜੀ ਕਿ ਗੁਰੂ ਨਾਨਕ ਪੈਦਾ ਹੋਏ ਤਾਂ ਹੱਸਦੇ ਹੋਏ ਪੈਦਾ ਹੋਏ। ਅਕਲ ਲਗਾ ਕੇ ਸੋਚੋ ਕਿ ਇਜ਼ ਇਟ ਪੋਸੀਬਲ ਜੀ। ਗੁਰੂ ਨਾਨਕ ਮੱਝਾਂ ਚਰਾਉਣ ਗਏ, ਸੌਂ ਗਏ, ਖੇਤ ਖਾ ਗਈਆਂ ਮੱਝਾਂ ਜੀ। ਮਾਲਕ ਆਇਆ, ਉਹਨੇ ਕੰਪਲੇਂਟ ਕਰ ਦਿੱਤੀ, ਰਾਏ ਬੁਲਾਰ ਦੇਖਣ ਆਇਆ, ਗੁਰੂ ਨਾਨਕ ਉੱਠ ਗਏ, ਉਹਨੇ ਕਿਹਾ ਤੇਰੀ ਦੀ ਤਾਂ ਮਾਮਲਾ ਖਰਾਬ ਹੋ ਗਿਆ, ਉਹਨਾਂ ਨੇ ਕਰਾਮਾਤ ਦਿਖਾਈ, ਸਭ ਹਰਿਆਵਲੀ ਹੋ ਗਈ, ਸਭ ਹਰਿਆਵਲੀ ਹੋ ਗਈ। ਕਰਾਮਾਤ, ਗੁਰੂ ਨਾਨਕ ਸੌਂ ਗਏ, ਧੁੱਪ ਆ ਗਈ, ਸੱਪ ਨੇ ਆ ਕੇ ਛਾਂ ਕਰ ਦਿੱਤੀ, ਕਰਾਮਾਤ ਜੀ। ਬਾਬਾ ਨਾਨਕ ਦੁਕਾਨ ਚਲਾ ਰਿਹਾ, ਉੱਥੇ ਲੋਕਾਂ ਨੂੰ ਦੇਈ ਜਾ ਰਿਹਾ, ਕੰਪਲੇਂਟ ਹੋ ਗਈ ਕਿ ਤਾਂ ਨੇ ਤਾਂ ਖਜ਼ਾਨਾ ਖਾਲੀ ਕਰ ਦਿੱਤਾ। ਰਾਏ ਬੁਲਾਰ ਦੇਖਣ ਵਾਸਤੇ ਆਇਆ, ਸਾਰਾ ਕੁਛ ਉੱਦਾਂ ਹੀ ਭਰਿਆ ਆ, ਕਰਾਮਾਤ। ਬਾਬਾ ਨਹਾਉਣ ਗਿਆ ਨਦੀ ਦੇ ਵਿੱਚ, ਕਈ ਦਿਨਾਂ ਤੱਕ ਬਾਹਰ ਹੀ ਨਹੀਂ ਆਇਆ, ਕਰਾਮਾਤ। ਉਹਦੇ ਬਾਅਦ ਬਾਹਰ ਆ ਗਿਆ ਜੀ। ਬਾਬਾ ਨਾਨਕ ਵਿਦਰ ਗਏ, ਮੈਂ ਥੋੜ੍ਹੀ ਦਿਨ ਐਗਜ਼ਾਮਪਲਾਂ ਦੇ ਰਿਹਾ ਵਾਂ, ਕਰਨਾਟਕਾ ਦੇ ਵਿੱਚ ਵਾ ਜੀ, ਉੱਥੇ ਪੀ ਜਲਾਲੂਦੀਨ ਨੇ ਬੇਨਤੀ ਕੀਤੀ ਕਿ ਬਾਬਾ ਜੀ ਇੱਥੇ ਪਾਣੀ ਹੈ ਨਹੀਂ। ਗੁਰੂ ਜੀ ਕਹਿੰਦੇ ਅੱਛਾ ਇਹ ਪੱਥਰ ਚੁੱਕੋ, ਪੱਥਰ ਚੁੱਕਿਆ,
ਥੱਲਿਓਂ ਠੰਡੇ ਪੱਟ ਦਾ ਚਸ਼ਮਾ ਨਿਕਲਾਇਆ ਕਰਾਮਾਤ। ਜੇ ਤਾਂ ਕਹੀਏ ਕਿ ਬਾਬੇ ਨੇ ਹੈਲਪ ਕੀਤੀ ਖੂਹ ਲਗਵਾਉਣ ਦੀ, ਫਿਰ ਤਾਂ ਗੱਲ ਮੰਨਣੇ ਆ, ਪਰ ਕਰਾਮਾਤ ਜਿਹੜੇ ਕਿ ਦੂਜੇ ਗੁਰੂ ਨੇ ਕੰਡਮ ਕੀਤਾ ਹੈ ਵੈਸੇ ਜੀ, ਉਹ ਜਿਹੜਾ ਤਪੇ ਤਪੇ ਦੀ ਕਹਾਣੀ ਹੁੰਦੀ ਹੈ ਨਾ ਕਿ ਪਿੰਡ ਵਿੱਚ ਤਪਾ ਸੀ, ਪਾਪਾ ਬਾਰਿਸ਼ ਨਹੀਂ ਹੋਈ ਅਤੇ ਪਿੰਡ ਵਾਲੇ ਨੇ ਤਪੇ ਨੂੰ ਕਿਹਾ ਕਿ ਬਾਰਿਸ਼ ਕਰਵਾਓ, ਉਹ ਕਹਿੰਦਾ ਜੀ ਗੁਰੂ ਨਾਨਕ ਦਾ ਦੂਜਾ ਗੁਰੂ ਬੈਠਾ ਆ, ਇਹਨੂੰ ਕਹੋ ਕਰਾਏ, ਅਤੇ ਉਹ ਗੁਰੂ ਸਾਹਿਬ ਨੇ ਸਭ ਮਨਾ ਕਰਤਾ ਕਿ ਮੈਂ ਤਾਂ ਬਰਸਾਤ ਨਹੀਂ ਕਰਵਾ ਸਕਦਾ, ਮੈਂ ਇਹ ਕਰਾਮਾਤ ਨਹੀਂ ਕਰ ਸਕਦਾ, ਮੈਂ ਪਿੰਡ ਛੱਡ ਕੇ ਚਲੇ ਜਾਂਦਾ ਹਾਂ ਜੀ, ਪਰ ਇਹ ਕਰਾਮਾਤਾਂ ਨਹੀਂ, ਇਹ ਤਾਂ ਰੱਬ ਦੀ ਦੇਣ ਵਾ ਹੈ ਨਾ। ਗੁਰੂ ਗੋਬਿੰਦ ਸਿੰਘ ਦੇ ਨਾਲ ਕਰਾਮਾਤਾਂ ਜੁੜੀਆਂ ਹੋਈਆਂ। ਇੱਕ ਤਾਂ ਛੋਟੇ ਜਿਹੇ ਦੱਸਦਾ ਕਿ ਬਿਲਾਸਪੁਰ ਆਪਣਾ ਪਿੰਡ ਹੈਗਾ ਵਾ ਬਸੰਤਪੁਰ, ਅਤੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ, ਉੱਥੇ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਜੀ ਪਾਣੀ ਹੈ ਨਹੀਂ, ਗੁਰੂ ਜੀ ਨੇ ਆਪਣਾ ਬਰਛਾ ਚੁੱਕਿਆ ਮਾਰਿਆ, ਪਾਣੀ ਆ ਗਿਆ, ਤਿੰਨ ਫੁਆਰੇ ਆ ਗਏ ਪਾਣੀ ਦੇ। ਜਿੰਨੀਆਂ ਕਰਾਮਾਤਾਂ ਇਹ ਬਣਾਈਆਂ ਗਈਆਂ ਨੇ, ਜ਼ਿਆਦਾਤਰ ਇਹ ਕਰਾਮਾਤਾਂ ਇਹ ਕਹਾਣੀਆਂ ਅੰਗਰੇਜ਼ਾਂ ਦੇ ਟਾਈਮ ਦੇ ਉੱਪਰ ਜੀ, ਕਿ ਕਿਸੇ ਤਰੀਕੇ ਦੇ ਨਾਲ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਧਰਮਾਂ ਦੇ ਵਿੱਚ ਕਰਾਮਾਤਾਂ ਹੈਗੀਆਂ ਨੇ ਉਹ ਜੋੜ ਕੇ ਬੁਲਾ ਦਿੱਤਾ ਜਾਏ। ਇੱਥੇ ਤੱਕ ਇਹ ਇੰਨਾ ਤੱਕ ਹੋ ਗਿਆ ਕਿ ਉਸ ਵੇਲੇ ਜਿਹੜੀਆਂ ਇਹ ਕਹਾਣੀਆਂ ਬਣਾਈਆਂ ਗਈਆਂ ਉੱਥੇ ਦੀਆਂ, ਉੱਥੇ ਪੱਕੇ ਗੁਰਦੁਆਰੇ ਬਣਾ ਦਿੱਤੇ ਗਏ ਜੀ, ਤਾਂ ਕਿ ਨਾ ਕੋਈ ਗੁਰਦੁਆਰੇ ਨੂੰ ਤੋੜੇ ਔਰ ਨਾ ਹੀ ਇਹ ਕਹਾਣੀਆਂ ਖਤਮ ਹੋਣ, ਔਰ ਇਹ ਸਾਡੇ ਦਿਲੋਂ ਦਿਮਾਗਾਂ ਦੇ ਵਿੱਚ ਇਹ ਕਹਾਣੀਆਂ ਇਹ ਕਰਾਮਾਤਾਂ ਪੈ ਗਈਆਂ ਜੀ। ਉਹ ਇੰਨੀਆਂ ਪੈ ਗਈਆਂ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਜਦੋਂ ਉਹਨਾਂ ਨੇ ਲੜਾਈ ਲੜੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ, ਜਦੋਂ ਉਹਨਾਂ ਕੋਲ ਚਾਬੀਆਂ ਆ ਗਈਆਂ ਗੋਲਕ ਦੀਆਂ, ਉਹਦੇ ਬਾਅਦ ਉਹ ਸਾਰਾ ਕੁਛ ਭੁੱਲ ਗਏ। ਠੀਕ, ਉਹ ਆਜ਼ਾਦੀ ਸਿਰਫ ਗੋਲਕਾ ਤੱਕ ਦੀ ਸੀਗੀ, ਉਹਦੇ ਬਾਅਦ ਉਹਨਾਂ ਨੇ ਕੁਛ ਨਹੀਂ ਕੀਤਾ। ਜੇ ਕਿਤੇ ਉਸ ਵੇਲੇ, ਚਲੋ ਗੁਰਦੁਆਰੇ ਤਾਂ ਢੋਣੇ ਠੀਕ ਨਹੀਂ ਹੋ, ਪਰ ਜੇ ਉਸ ਵਕਤ ਜਿਹੜੇ ਉੱਥੇ ਗੁਰਦੁਆਰੇ ਵਿੱਚ ਲਿਖਿਆ ਗਿਆ ਸੀਗਾ ਕਿ ਇਹ ਇਹ ਫਲਾਣਾ ਅਤੇ ਗੁਰਦੁਆਰਾ, ਅਗਰ ਉਸ ਨੂੰ ਉਹ ਹਟਾ ਦਿੰਦੇ ਵੀ ਇਹ ਗੁਰੂ ਦੇ ਮੁਤਾਬਕ ਗਲਤ ਹੈ ਕਰਾਮਾਤਾਂ, ਜੇ ਹਟਾ ਦਿੰਦੇ ਉਸ ਵੇਲੇ ਇਹ, ਤਾਂ ਸ਼ਾਇਦ ਹਟ ਜਾਂਦੀਆਂ ਅੱਗੇ ਨਾ ਵੱਧਦੀਆਂ। ਪਰ ਇਹਨਾਂ ਨੇ ਉਸ ਵੇਲੇ ਸਿਰਫ ਗੋਲਕ ਵੱਲ ਧਿਆਨ ਦੇ ਕੇ ਬਾਕੀ ਦੀਆਂ ਚੀਜ਼ਾਂ ਭੁੱਲ ਗਏ ਕਿ ਇਸ ਤਰੀਕੇ ਦੇ ਨਾਲ ਹੋਰ ਮਾਨਤਾ ਗੁਰਦੁਆਰੇ ਦੀ ਹੋ ਰਹੀ ਹੈ, ਲੋਕ ਹੋਰ ਆ ਰਹੇ ਨੇ, ਗੋਲਕਾਂ ਭਰ ਰਹੀਆਂ ਨੇ, ਚੱਲਣ ਦਿਓ, ਉਹ ਅੱਜ ਤੱਕ ਚੱਲ ਰਹੀਆਂ ਨੇ। ਉਹ ਇੱਥੇ ਤੱਕ ਆ ਗਈਆਂ ਕਿ ਅੱਜ ਕੱਲ੍ਹ ਵੀ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਨਹਾਉਣ ਵਾਸਤੇ ਆਇਆ ਵੀਲ ਚੇਅਰ ਦੇ ਉੱਪਰ, ਅਤੇ ਇਸ਼ਨਾਨ ਕੀਤਾ ਸਰੋਵਰ ਦੇ ਵਿੱਚ, ਉਹਦੇ ਬਾਹਰ ਆ ਗਿਆ ਤਾਂ ਉਹਦੀ ਪੈਰਾਲਿਸਿਸ ਠੀਕ ਹੋ ਗਈ ਜੀ। ਮੈਨੂੰ ਉਹਦੀ ਯੂਟਿਊਬ ਆਈ, ਮੈਂ ਉਹਨਾਂ ਨੂੰ ਲਿਖ ਕੇ ਭੇਜਿਆ, ਮੈਂ ਕਿਹਾ ਫਿਰ ਹਸਪਤਾਲ ਬੰਦ ਕਰਾ ਦਿਓ, ਅੱਖਾਂ ਦੀ ਰੋਸ਼ਨੀ ਹੈ ਨਹੀਂ, ਇਸ਼ਨਾਨ ਕੀਤਾ ਅੱਖਾਂ ਦੀ ਰੋਸ਼ਨੀ ਆ ਗਈ, ਮੈਂ ਕਿਹਾ ਹਸਪਤਾਲ ਬੰਦ ਕਰਾ ਦਿਓ, ਬੰਦ ਕਰਾ ਦਿਓ। ਮੈਂ ਕਹਿੰਦਾ ਵੀ ਕੰਮ ਹੀ ਬੜਾ ਆਸਾਨ ਹੋ ਗਿਆ, ਆਪਣੇ ਜੇਨ ਦੇ ਵਿੱਚ ਇਹ ਪਾ ਲਵੋ ਕਿ ਮੈਨੂੰ ਇਹਦੇ ਪਰ ਵਿਸ਼ਵਾਸ ਹੈ, ਔਰ ਵਿਸ਼ਵਾਸ ਦੇ ਨਾਲ ਆ ਕੇ ਇੱਥੇ ਇਸ਼ਨਾਨ ਕਰ ਲਵੋ, ਬਿਮਾਰੀਆਂ ਠੀਕ ਹੋ ਗਈਆਂ, ਕਰੋਨਾ ਦੇ ਖਰਚੇ ਹੋ ਰਹੇ ਨੇ ਹਸਪਤਾਲਾਂ ਦੇ ਵਿੱਚ, ਬੰਦ ਕਰਾ ਦਿਓ। ਹਰਿਮੰਦਰ ਸਾਹਿਬ ਆ ਕੇ ਅਖੰਡ ਪਾਠ ਕਰਾਇਆ, ਠੀਕ ਹੋ ਗਏ, ਕੈਂਸਰ ਠੀਕ ਹੋ ਗਿਆ। ਮੈਂ ਕਿਹਾ ਇਹ ਤਾਂ ਕੰਮ ਹੀ ਬੜਾ ਆਸਾਨ ਹੈ। ਮੈਨੂੰ ਇੱਕ ਬੰਦਾ ਮਿਲਿਆ, ਕਹਿੰਦੇ ਜੀ ਮੈਂ ਆਪਣੇ ਅੱਖਾਂ ਨਾਲ ਦੇਖਿਆ, ਇਹ ਬੰਦਾ ਵੀਲਚੇਅਰ 'ਤੇ ਆਇਆ ਸੀਗਾ। ਮੈਂ ਕਿਹਾ ਜ਼ਰੂਰ ਦੇਖਿਆ ਹੋਣਾ, ਜ਼ਰੂਰ ਦੇਖਿਆ ਹੋਣਾ ਆ ਜੀ, ਪਰ ਜਿਹੜਾ ਕੰਮ ਗੁਰੂ ਨੇ ਨਹੀਂ ਕੀਤਾ ਉਹ ਤੁਸੀਂ ਕਰ ਰਹੇ ਹੋ, ਗੁਰੂ ਦੇ ਮੂੰਹ ਦੇ ਉੱਪਰ ਥੱਪੜ ਮਾਰ ਰਹੇ ਹੋ ਕਿ ਗੁਰੂ ਤੂੰ ਨਹੀਂ ਕੀਤਾ ਕੰਮ, ਇਹ ਅਸੀਂ ਕਰਦੇ ਹਾਂ, ਅਸੀਂ ਕਰਕੇ ਦਿਖਾ ਰਹੇ ਹਾਂ। ਹੁਣ ਗੁਰੂ ਨੂੰ ਪੁੱਛੀਏ ਕਿ ਗੁਰੂ ਜੀ ਤੁਸੀਂ ਕਰਾਮਾਤ ਕੀਤੀ ਕਿ ਨਹੀਂ ਕੀਤੀ ਭਲਾ। ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਜੀ 42ਵੀਂ ਪੌੜੀ ਹੈ, ਕਹਿੰਦਾ ਕਿ ਸਿੱਧ ਬੋਲਣ ਸੁਣ ਨਾਨਕਾ, ਤੂੰ ਜਗਨੋਂ ਕਿਆ ਕਰਾਮਾਤ ਦਿਖਾਈ। ਕਹਿੰਦਾ ਅਸੀਂ ਸੁਣਿਆ ਕਿ ਤੂੰ ਦੁਨੀਆਂ 'ਚ ਬੜੀ ਕਰਾਮਾਤ ਦਿਖਾਈ ਆ ਜਗ ਨੂੰ, ਕੁਛ ਵਿਖਾ ਲਏ ਆਸਾਂ ਨੂੰ, ਤੂੰ ਕਿਉਂ ਢਿੱਲਾ ਵੇਹੀ ਲਾਈ, ਸਾਨੂੰ ਵੀ ਕੁਛ ਦਿਖਾ। ਰਾਈਟ, ਕਿਉਂ
ਤਾਂ ਬਾਬਾ ਬੋਲੇ ਨਾਥ ਜੀ ਅਸਾਂ ਤਾਂ ਵੇਖਣ ਜੋਗੀ ਵਸਤ ਨਾ ਕਾਈ ਜੀ, ਕਹਿੰਦੇ ਜੀ ਮੇਰੇ ਕੋਲ ਤਾਂ ਕੁਛ ਨਹੀਂ ਇੱਦਾਂ ਦਾ ਕੋਈ, ਪਰ ਮੇਰੇ ਕੋਲ ਕੀ ਹੈ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਤਾਂ ਗੁਰੂ ਦੀ ਸੰਗਤ ਔਰ ਗੁਰੂ ਦੀ ਵੰਡ ਤੋਂ ਬਿਨਾਂ ਮੇਰੀ ਕੋਈ ਓਟ ਨਹੀਂ ਹੈ ਜੀ। ਜੇ ਮੈਂ ਕੁਝ ਦਿਖਾਇਆ ਵਾ ਲੋਕਾਂ ਨੂੰ, ਲੋਕ ਮੇਰੇ ਪਿੱਛੇ ਲੱਗੇ ਨੇ, ਤਾਂ ਉਹ ਸਿਰਫ ਬਾਣੀ ਕਰਕੇ ਲੱਗੇ ਨੇ, ਹੋਰ ਕਿਸੇ ਕਰਕੇ ਨਹੀਂ। ਮੈਂ ਕਿਸੇ ਨੂੰ ਹੋਰ ਕੁਛ ਨਹੀਂ ਦਿਖਾਇਆ। ਸਮੇਂ ਜੀ ਇੱਕ ਬ੍ਰੇਕ ਦਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਸੀ ਡਿਸਕਸ਼ਨ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਗੁਰਬਾਣੀ ਦੇ ਸਿਧਾਂਤ ਦੇ ਉਲਟ ਅਸੀਂ ਕਥਾ ਕਹਾਣੀਆਂ ਬਣਾ ਕੇ ਅਜੇ ਤੱਕ ਉਹਨਾਂ ਚੀਜ਼ਾਂ ਦਾ ਪ੍ਰਚਾਰ ਕਰ ਰਹੇ ਹਾਂ, ਪਰ ਅਸਲ ਵਿੱਚ ਜਿਹੜਾ ਉਹ ਮਿਰੇਕਲ ਦਾ ਕੋਨਸੈਪਟ ਜੋ ਗੁਰੂ ਦੱਸ ਰਿਹਾ ਉਹ ਕੀ ਹੈ ਅਤੇ ਕਿਉਂ ਅਸੀਂ ਇਹ ਚੀਜ਼ਾਂ ਤੋਂ ਬਚਣਾ, ਇਸ ਬਾਰੇ ਹੋਰ ਚਰਚਾ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਿੰਦਰ ਸਿੰਘ ਥਿੰਦ, ਥਿੰਕ ਇੰਸ਼ੋਰੈਂਸ ਤੋਂ। ਬੰਦਾ ਕੱਲ੍ਹ ਕਰਦਾ ਕਈ ਵਾਰੀ ਇੰਸ਼ੋਰੈਂਸ ਲੈਣ ਦਾ ਸਹੀ ਸਮਾਂ ਗਵਾ ਬਹਿੰਦਾ ਹੈ। ਡਿਸੇਬਿਲਿਟੀ ਇੰਸ਼ੋਰੈਂਸ ਤੁਹਾਡਾ ਪੇ ਚੈੱਕ ਪ੍ਰੋਟੈਕਟ ਕਰਦੀ ਹੈ, ਸਿਕਨੈਸ ਜਾਂ ਤੁਹਾਨੂੰ ਇੰਜਰੀ ਹੋ ਜਾਂਦੀ ਹੈ, ਤੁਸੀਂ 24 ਆਵਰ ਤੁਹਾਡੀ ਪ੍ਰੋਟੈਕਸ਼ਨ ਹੈਗੀ ਹੈ। ਬੈਂਕ ਤੋਂ ਲਈ ਹੋਈ ਮੋਰਗੇਜ ਇੰਸ਼ੋਰੈਂਸ ਨਾਲ ਪਰਸਨਲ ਇੰਸ਼ੋਰੈਂਸ ਲੈਂਦੇ ਹੋ, ਉਹਦੇ ਕਈ ਫਾਇਦੇ ਨੇ। ਬੱਚਿਆਂ ਦੀ ਛੋਟੀ ਉਮਰ 'ਚ ਲਈ ਲਾਈਫ ਇੰਸ਼ੋਰੈਂਸ ਵਡੇਰੀ ਉਮਰ 'ਚ ਉਹਨਾਂ ਨੂੰ ਕਾਫੀ ਫਾਇਦਾ ਕਰ ਸਕਦੀ ਹੈ। ਥਿੰਕ ਕਰਨ ਦੀ ਲੋੜ ਨਹੀਂ, ਤੁਸੀਂ ਅੱਜ ਹੀ ਥਿੰਕ ਇੰਸ਼ੋਰੈਂਸ ਦੀ ਟੀਮ ਨੂੰ ਕੰਟੈਕਟ ਕਰੋ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਡਾਕਟਰ ਕਾਲਾ ਸਿੰਘ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਮਿਰੇਕਲਸ ਦੇ ਸੰਬੰਧੀ, ਕਰਾਮਾਤ ਦੇ ਸੰਬੰਧ ਵਿੱਚ। ਚਲੋ ਇੱਕ ਤੌਰ ਦੇ ਉੱਤੇ ਮੰਨ ਵੀ ਲਈਏ ਕਿ ਕਰਾਮਾਤ ਹੋਈ ਹੈ ਕਿ ਗੁਰੂ ਨਾਨਕ ਦੇ ਜਦੋਂ ਬੱਚੇ ਸਨ, ਜਿਸ ਤਰ੍ਹਾਂ ਕਿ ਕਥਾ ਕਹਾਣੀਆਂ ਸੁਣਾਈ ਦਿੰਦਾ ਜਾਂਦਾ ਹੈ ਕਿ ਸੱਪ ਨੇ ਆ ਕੇ ਛਾਂ ਦੇ ਦਿੱਤੀ, ਜਾਂ ਖੇਤ ਵਿੱਚ ਜਾ ਕੇ ਜਿਹੜੇ ਕਾਊ ਸਨ ਉਹਨਾਂ ਨੇ ਖਾ ਲਿਆ ਸਭ ਕੁਝ, ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹ ਆਪਣੀ ਬਖਸ਼ਿਸ਼ ਨਾਲ ਉਸਨੂੰ ਹਰਿਆਲੀ ਕਰ ਦਿੱਤੀ। ਤਾਂ ਇਹ ਕੋਨਸੈਪਟ ਨੂੰ ਜੇ ਅਸੀਂ ਮੰਨਿਆ ਤਾਂ ਇਸਦਾ ਇਹ ਮਤਲਬ ਹੈ ਕਿ ਉਹ ਮਹਾਨ ਸਨ, ਪਰ ਮਹਾਨਤਾ ਕੀ ਸੀ ਕਿ ਉਹਨਾਂ ਦੇ ਵਿੱਚ ਇਮਾਨਦਾਰੀ ਸੀ, ਉਹ ਸੰਤੋਖੀ ਸਨ, ਦਿਆਲੂ ਸਨ। ਇਹ ਗੁਣ ਤਾਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਾਂ ਅਸੀਂ ਅੱਜ ਅਡੋਪਟ ਨਹੀਂ ਕਰ ਰਹੇ, ਪਰ ਦੂਸਰੇ ਪਾਸੇ ਅਸੀਂ ਇਹ ਵਾਹ ਵਾਹ ਕਹਿ ਕੇ ਰੁਕ ਜਾਂਦੇ ਹਾਂ ਕਿ ਜੀ ਗੁਰੂ ਸਾਹਿਬ ਬੜੇ ਧੰਨ ਸਨ। ਸੋ ਉਹ ਧੰਨਤਾ ਕਿਵੇਂ ਅਸੀਂ ਆਪਣੇ ਜੀਵਨ ਵਿੱਚ ਲੈ ਕੇ ਆਉਣੀਏ, ਇਹੀ ਗੁਰੂ ਗ੍ਰੰਥ ਸਾਹਿਬ ਵਿੱਚ 1430 ਅੰਗ ਜੋ ਸਾਨੂੰ ਉਪਦੇਸ਼ ਕਰਦੇ ਨੇ ਕਿ ਇੱਕ ਜੀਵਨ ਜਾਂਚ ਗੁਰੂ ਗ੍ਰੰਥ ਸਾਹਿਬ ਕਿ ਸਾਨੂੰ ਇੱਕ ਲਿਵਿੰਗ ਮੈਨੂਅਲ ਦਿੱਤਾ ਜਿਸ ਤੋਂ ਕਿ ਅਸੀਂ ਸਬਕ ਸਿੱਖ ਸਕੀਏ ਅਤੇ ਇਹ ਚੀਜ਼ਾਂ ਨੂੰ ਗ੍ਰਹਿਣ ਕਰ ਸਕੀਏ। ਸਿੱਖ ਕੌਣ ਹੈ? ਸਿੱਖ ਤਾਂ ਉਹੀ ਹੈ ਜਿਹੜਾ ਕਿ ਹਮੇਸ਼ਾ ਸਿੱਖਣ ਲਈ ਤਿਆਰ ਹੈ। ਇਸੇ ਨੂੰ ਮੁੱਖ ਰੱਖ ਕੇ ਡਾਕਟਰ ਕਾਲਾ ਸਿੰਘ ਅੱਜ ਫੋਕਸ ਕਰਕੇ ਗੱਲਬਾਤ ਕਰ ਰਹੇ ਨੇ ਕਿ ਮਿਰੇਕਲਸ ਨੂੰ ਸਿਰਫ ਸੁਣ ਕੇ ਹੀ ਵਾਹ ਨਾ ਕਹਿ ਦਈਏ, ਉਹ ਧੰਨਤਾ ਕਿਵੇਂ ਆਪਣੇ ਜੀਵਨ ਵਿੱਚ ਲੈ ਕੇ ਆਈਏ ਜੋ ਕਿ ਗੁਰੂ ਸਾਨੂੰ ਕਹਿ ਰਿਹਾ ਕਿ ਅਡੋਪਟ ਕਰਨ ਦੀ ਲੋੜ ਹੈ। ਆਓ ਇਸੇ ਸੰਬੰਧ ਵਿੱਚ ਹੋਰ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ। ਹਾਂਜੀ, ਅਸੀਂ ਗੱਲ ਕਰ ਰਹੇ ਸੀਗੇ ਕਿ ਭਾਈ ਗੁਰਦਾਸ ਜੀ ਦੀ ਵਾਰ ਉੱਪਰ ਕਿ ਗੁਰੂ ਨੇ ਕਿਹਾ ਕਿ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ ਜੀ। ਵੀ ਮੇਰਾ ਤਾਂ ਸਿਰਫ ਮੈਂ ਕੋਈ ਕਰਾਮਾਤ ਨਹੀਂ ਦਿਖਾ ਸਕਦਾ, ਮੈਨੂੰ ਤਾਂ ਸਿਰਫ ਇੱਕ ਬਾਣੀ ਦੀ ਓਟ ਹੈ ਔਰ ਉਹਦੇ ਨਾਲ ਹੀ ਦੁਨੀਆ ਚੇਂਜ ਹੋ ਰਹੀ ਹੈ ਜੀ। ਮੈਂ ਕਿਸੇ ਦੇ ਉੱਪਰ ਕੋਈ ਕੁਛ ਨਹੀਂ ਕੀਤਾ। 147 ਅੰਕਰ ਉੱਪਰ ਸਲੋਕ ਮਹਿਲਾ ਪਹਿਲਾ ਕਹਿੰਦਾ ਕਿ ਪਹਿਰਾ ਅਗਨ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ, ਸਗਲੇ ਦੂਕ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ ਜੀ, ਧਰ ਤਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜ੍ਹਾਈ, ਏਵਡ ਵੱਡਾ ਮਾਵਾ ਨਾਹੀਂ, ਸਭਸੇ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਵੀ ਆਖ ਕਰਾਈ, ਵੱਡਾ ਵੱਡ ਸਾਹਿਬ ਤੇਵਡ ਦਾਤੀ, ਦੇਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਕਹਿੰਦੇ ਕਿ ਜੇ ਮੈਂ ਅੱਗ ਵੀ ਪਹਿਨ ਲਵਾਂ ਜੀ, ਜਾਂ ਮੈਂ ਬਰਫ ਦੇ ਘਰ ਬਣਾ ਲਵਾਂ, ਭਾਵ ਇਹਦਾ ਮਤਲਬ ਹੈ ਕਿ ਜੇ ਮੇਰੇ ਮਨ ਵਿੱਚ ਇਤਨੀ ਤਾਕਤ ਆ ਜਾਏ ਕਿ ਮੈਂ ਅੱਗ ਅਤੇ ਬਰਫ਼ ਵਿੱਚ ਬੈਠ ਸਕਾਂ ਜੀ, ਲੋਹੇ ਨੂੰ ਮੈਂ ਭੋਜਨ ਬਣਾ ਕੇ ਖਾਵਾਂ, ਜੇ ਮੈਂ ਸਾਰੇ ਦੁੱਖ ਬੜੇ ਆਰਾਮ ਦੇ ਨਾਲ ਸਹਿ ਲਵਾਂ, ਸਾਰੀ ਧਰਤੀ ਮੇਰੇ ਹੁਕਮ ਉੱਪਰ ਚੱਲੇ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਦੂਜੇ ਪਾਸੇ ਛੋਟਾ ਜਿਹਾ ਵੱਟਾ ਪਾ ਕੇ ਤੋਲ ਦੇਵਾਂ, ਜੇ ਮੈਂ ਆਪਣੇ ਸਰੀਰ ਨੂੰ ਇੰਨਾ ਵਧਾ ਸਕਾਂ ਕਿ ਕਿਤੇ ਵੀ ਉਹ ਸਮਾਨ ਆ ਸਕੇ, ਜੇ ਸਾਰੇ ਜੀਵਾਂ ਨੂੰ ਮੈਂ ਨੱਥ ਪਾ ਲਵਾਂ ਕਿ ਤੁਸੀਂ ਮੇਰੇ ਕਈ ਉੱਪਰ ਤੁਲਨਾ ਆ ਹੈ ਨਾ। ਪਰ ਕਹਿੰਦਾ ਹੈ ਕਿ ਇਹ ਸਭ ਕੁਛ ਖਸਮ ਪ੍ਰਭੂ ਜੇ ਵੱਡਾ ਆਪ ਹੈ ਉਤਨੀ ਕਹਿੰਦਾ ਉਹਦੀਆਂ ਬਖਸ਼ਿਸ਼ਾਂ ਨੇ, ਪਰ ਉਹਦੇ ਸਾਹਮਣੇ ਪ੍ਰਭੂ ਦੀ ਬਖਸ਼ਿਸ਼ ਦੇ ਸਾਹਮਣੇ ਇਹ ਸਾਰੀਆਂ ਜਿੰਨੀਆਂ ਰਿਧੀਆਂ ਸਿੱਧੀਆਂ ਨੇ ਬੇਕਾਰ ਨੇ। ਤੀਜੇ ਪਾਤਸ਼ਾਹ 650 ਅੰਕ ਉੱਪਰ ਬਖਸ਼ਿਸ਼ ਕਰ ਰਹੇ ਨੇ ਕਿ ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ,
ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਖ ਮੁਖ ਮਿਲੀ ਮਿਲਾਏ। ਕਹਿੰਦੇ ਕਿ ਸਾਰੇ ਸਿੱਧੇ ਅਤੇ ਸਾਧਕ ਨਾਮ ਨੂੰ ਹੀ ਖੋਜਦੇ ਨੇ, ਬਿਰਤੀ ਜੋੜ ਜੋੜ ਕੇ ਉਹ ਥੱਕ ਗਏ ਨੇ, ਪਰ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਇਹ ਲੱਭਾ ਨਹੀਂ ਹੋ ਜੀ। ਸਤਿਗੁਰ ਦੇ ਸਨਮੁਖ ਹੋਇਆਂ ਹੀ ਸਾਨੂੰ ਪ੍ਰਭੂ ਮਿਲ ਸਕਦਾ ਹੈ। ਬਿਨ ਨਾਵੇਂ ਪਹਿਨਣ ਖਾਣ ਸਬਾਦ ਹੈ, ਤਿਗ ਸਿੱਧੀ ਤਿਗ ਕਰਾਮਾਤ ਜੀ। ਸਿੱਧੀ ਅਤੇ ਕਰਾਮਾਤ ਸਭ ਤਿਗ ਹੈ, ਸਾ ਸਿੱਧ ਸਾ ਕਰਾਮਾਤ ਹੈ, ਅਚਿੰਤ ਕਰੇ ਜਿਤ ਦੀ ਦਾਤ ਜੀ। ਜਿਹੜੇ ਗੁਰੂ ਨੇ ਇਹ ਕਹਿ ਦਿੱਤਾ ਕਿ ਤਿਗ ਸਿੱਧੀ ਤਿਗ ਕਰਾਮਾਤ, ਅਤੇ ਉਹ ਫਿਰ ਕਿੱਦਾਂ ਕਰਾਮਾਤ ਕਰਕੇ ਦਿਖਾ ਸਕਦਾ ਆ। ਤੀਜਾ ਪਾਸਾ 650 ਅੰਕ ਉੱਪਰ ਕਹਿੰਦਾ, ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ, ਥੱਕ ਰਹੇ ਲਈ ਵਿਲਾਏ ਨਹੀਂ। 14 ਅੰਕ ਉੱਪਰ ਕਹਿੰਦੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਪਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਕਹਿੰਦਾ ਜੇ ਮੈਂ ਐਡਾ ਵੱਡਾ ਜੋਗੀ ਬਣ ਜਾਵਾਂ, ਜੇ ਮੈਂ ਯੋਗ ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਯੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਸਾਰੀਆਂ ਬਰਕਤਾਂ ਨੂੰ ਆਵਾਜ਼ ਮਾਰਾਂ ਤਾਂ ਮੇਰੇ ਕੋਲ ਆ ਜਾਣ, ਜੇ ਯੋਗ ਦੀ ਤਾਕਤ ਨਾਲ ਮੈਂ ਕਦੇ ਲੁਕ ਸਕਾਂ ਅਤੇ ਕਦੇ ਮੈਂ ਪ੍ਰਤਕ ਹੋ ਜਾਵਾਂ, ਜੇ ਸਾਰਾ ਜਗਤ ਮੇਰੇ ਆਦਰ ਕਰੇ, ਤਾਂ ਵੀ ਇਹ ਸਭ ਕੁਛ ਵਿਅਰਥ ਹੈ। ਮੈਨੂੰ ਖਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੇਖ ਕੇ ਮੈਂ ਕਿਤੇ ਹੇ ਪ੍ਰਭੂ ਤੈਨੂੰ ਨਾ ਭੁੱਲ ਜਾਵਾਂ, ਇਸ ਵਾਸਤੇ ਮੈਨੂੰ ਇਹ ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ। ਤਾਂ ਫਿਰ ਐਸਾ ਗੁਰੂ ਕਿੱਦਾਂ ਕਰਾਮਾਤ ਦਿਖਾ ਸਕਦਾ ਆ, ਇਹ ਕਹਾਣੀਆਂ ਕਿੱਦਾਂ ਬਣ ਗਈਆਂ ਜੀ? ਅਸਲ ਵਿੱਚ ਕਰਾਮਾਤ ਕੀ ਹੈ? ਜਿੱਦਾਂ ਤੁਸੀਂ ਵੀ ਪਹਿਲਾਂ ਗੱਲ ਕੀਤੀ ਸੀਗੀ, ਸੱਤੇ ਬਲਵੰਡੇ ਅੰਗ 968 ਉੱਪਰ ਜੀ ਕਹਿੰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿੰਦ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਾਮਾਤ। ਇੱਥੇ ਕਰਾਮਾਤ ਹੋਈ ਠੀਕ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਹਿੰਦਾ ਇਹ ਇੱਕ ਮੁਕੰਮਲ ਕਰਾਮਾਤ ਹੋਈ ਹੈ ਕਿ ਸਿਰਜਣਹਾਰ ਨੇ ਖੁਦ ਆਪਣੇ ਆਪ ਨੂੰ ਗੁਰੂ ਰਾਮਦਾਸ ਦੇ ਵਿੱਚ ਪ੍ਰਗਟ ਕਰ ਦਿੱਤਾ ਜੀ। ਸਭ ਸਿੱਖਾਂ ਦੇ ਤਾਂ ਸੰਗਤਾਂ ਨੇ ਉਸ ਅਕਾਲ ਪੁਰਖ ਦਾ ਰੂਪ ਜਾਣ ਕੇ ਉਹਨਾਂ ਨੂੰ ਬੰਦਗੀ ਕੀਤੀ ਜੀ। ਇਹ ਕਰਾਮਾਤ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨਹੀਂ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਹ ਕਰਾਮਾਤ ਹੈ ਠੀਕ। ਅੱਗੇ ਸੱਤੇ ਬਲਵੰਡੇ ਨੇ ਹੀ ਅੰਗ 968 ਉੱਪਰ ਹੀ ਕਹਿੰਦਾ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੇ ਚੰਦੋਵਾ, ਉਗਵਣੋ ਅਤੇ ਆਥਵਣੋ ਚੌ ਚੱਕੀ ਕੀਅਨ ਲੋਆ। ਕਹਿੰਦਾ ਉਸ ਨਵੇਂ ਨਿਰੋਏ ਪ੍ਰਭੂ ਦੇ ਬਖਸ਼ੇ ਤਖਤ ਉੱਤੇ, ਜਿਸ ਉੱਤੇ ਪਹਿਲੇ ਚਾਰ ਗੁਰੂ ਬੈਠ ਚੁੱਕੇ ਨੇ, ਅੱਜ ਗੁਰੂ ਅਰਜਨ ਬੈਠਾ ਹੈ ਜੀ। ਸਤਿਗੁਰੂ ਅਰਜਨ ਸਾਹਿਬ ਦਾ ਤੇਜ ਪ੍ਰਤਾਪ ਸਾਰੇ ਪਾਸੇ ਪਸਰ ਰਿਹਾ ਹੈ। ਜਿਨਹੀਂ ਗੁਰੂ ਨਾ ਸੇਵਿਓ, ਮਨਮੁਖ ਪਾਇਆ ਮੋਆ ਪਿਆ ਮੋਆ, ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਟੋਆ। ਇਹ ਦੂਣੀ ਚੌਣੀ ਕਰਾਮਾਤ ਹੋਈ ਹੈ ਜੀ। ਚਾਰੇ ਜਾਗੇ ਚਹੁ ਜੋਗੀ, ਪੰਚਾਇਣ ਆਪੇ ਹੋਵਾ। ਇਹ ਅਸਲੀ ਕਰਾਮਾਤ ਠੀਕ। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪਹੁਲ ਛਕਾਈ ਜੀ। ਜਿਹੜੇ ਇੱਕ ਪੀਸੈਂਟ ਫਾਰਮਰਸ, ਕਦੇ ਇੱਕ ਛੁਰੀ ਨਹੀਂ ਸੀ ਹੱਥ 'ਚ ਫੜੀ ਸਬਜ਼ੀ ਕੱਟਣ ਵਾਲੀ, ਉਹਨਾਂ ਦੇ ਹੱਥ ਦੇ ਵਿੱਚ ਤਲਵਾਰ ਫੜਾ ਕੇ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਖੜਾ ਕਰ ਦਿੱਤਾ ਜੀ। ਇਹ ਕਰਾਮਾਤ ਹੈ ਬਿਲਕੁਲ। ਉਹਨਾਂ ਦੀ ਪੂਰੀ ਸ਼ਖਸੀਅਤ ਬਦਲ ਦਿੱਤੀ। ਇਹ ਕਰਾਮਾਤ ਰਾਈਟ। ਸੱਜਣ ਠੱਗ ਜਿੰਨੇ ਖਨੀ ਕਿੰਨੇ ਕੁ ਬੰਦੇ ਮਾਰ ਦਿੱਤੇ ਸੀਗੇ, ਉਸ ਨੂੰ ਬਦਲ ਦਿੱਤਾ ਇੱਕ ਸ਼ਬਦ ਸੁਣਾ ਕੇ। ਇਹ ਕਰਾਮਾਤ ਰਾਈਟ। ਕੌਡੇ ਰਾਖਸ਼ ਜਿਹੜਾ ਜਿੰਦਾ ਜਲਾ ਕੇ ਖਾ ਜਾਂਦਾ ਸੀ, ਉਸ ਨੂੰ ਇੱਕ ਸ਼ਬਦ ਸੁਣਾ ਕੇ ਬਦਲ ਦਿੱਤਾ। ਇਹ ਕਰਾਮਾਤ। ਪਰ ਜਿਹੜੀਆਂ ਕਰਾਮਾਤਾਂ ਅਸੀਂ ਕਹਾਣੀਆਂ ਸੁਣਦੇ ਪਏ ਹਾਂ, ਉਹ ਜਦ ਗੁਰੂ ਨੇ ਖੁਦ
ਆਪਣੇ ਮੂੰਹੋਂ ਇਹ ਕਹਿ ਦਿੱਤਾ ਕਿ ਮੈਨੂੰ ਇਹਨਾਂ ਦੀ ਜ਼ਰੂਰਤ ਨਹੀਂ, ਮੈਂ ਇਹ ਨਹੀਂ ਕਰ ਸਕਦਾ ਔਰ ਨਾ ਹੀ ਮੈਂ ਇਹ ਕਰਨੀਆਂ ਨੇ, ਅਸੀਂ ਉਹੀ ਕਹਾਣੀਆਂ ਉੱਦਾਂ ਦੀਆਂ ਬਣਾ ਕੇ ਉਸੇ ਗੁਰੂ ਦੇ ਖਿਲਾਫ, ਜਿਹੜੇ ਗੁਰੂ ਦੇ ਕੋਲ ਦਾਰਾ ਸ਼ਿਕੋ ਦੀ ਬਿਮਾਰੀ ਦੇ ਵਾਸਤੇ ਇਲਾਜ ਦੇ ਲਈ ਆਉਂਦੇ ਨੇ ਔਰ ਉਹ ਦਵਾਈ ਦਿੰਦੇ ਨੇ, ਉਹ ਇਹ ਨਹੀਂ ਕਹਿੰਦੇ ਕਿ ਮੇਰੇ ਪਿਤਾ ਜੀ ਪੰਜਵੇਂ ਪੱਬੇ ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਹਰ ਸਰੋਵਰ ਬਣਾਇਆ ਹੋਇਆ ਵਾ, ਜਾਓ ਜਾ ਕੇ ਉੱਥੇ ਜਾ ਕੇ ਇਸ਼ਨਾਨ ਕਰ ਲਵੋ, ਤੁਹਾਡੀ ਬਿਮਾਰੀ ਠੀਕ ਹੋ ਜਾਊਗੀ ਦਾਰਾ ਸ਼ਿਕੋ ਦੀ। ਉਹਨਾਂ ਨੇ ਇਹ ਨਹੀਂ ਕਿਹਾ, ਪਰ ਉਹਨਾਂ ਨੇ ਦਵਾਈ ਦਿੱਤੀ। ਅੱਜ ਅਸੀਂ ਉਸੇ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਕਹਿ ਰਹੇ ਹਾਂ ਕਿ ਸਾਡੀਆਂ ਬਿਮਾਰੀਆਂ ਠੀਕ ਹੋ ਰਹੀਆਂ ਨੇ, ਅਸੀਂ ਦਵਾਈ ਨਹੀਂ ਖਾਣੀ, ਸਾਡੀ ਬਿਮਾਰੀ ਉੱਥੋਂ ਠੀਕ ਹੋ ਰਹੀਆਂ ਨੇ, ਕਿ ਅਸੀਂ ਗੁਰੂ ਦੇ ਉਲਟ ਨਹੀਂ ਜਾ ਰਹੇ। ਜਿਹੜਾ ਗੁਰੂ ਨੇ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆੜਿਆਂ ਨਾਲ ਚਿਰਾਏ ਗਏ, ਉਹ ਕਰਾਮਾਤ। ਉਹਨਾਂ ਦੇ ਬਾਰੇ ਅਸੀਂ ਗੱਲ ਨਹੀਂ ਕਰਦੇ, ਪਰ ਜਿਹੜੀਆਂ ਝੂਠੀਆਂ ਕਹਾਣੀਆਂ ਜਿਹੜੀਆਂ ਗੁਰੂਆਂ ਨੇ ਖੁਦ ਨੇ ਕੰਡੈਮ ਕੀਤੀਆਂ, ਅੱਜ ਅਸੀਂ ਉਹਨਾਂ ਦੀਆਂ ਯੂਟਿਊਬਾਂ ਬਣਾ ਬਣਾ ਕੇ ਗੁਰੂ ਦੇ ਮੂੰਹ ਦੇ ਉੱਪਰ ਅਸੀਂ ਥੱਪੜ ਨਹੀਂ ਮਾਰਦੇ ਪਏ ਕਿ ਗੁਰੂ ਦੇਖ ਤੂੰ ਕੈਸੇ ਕਾਸੀ ਨਹੀਂ ਕਰਨਾ, ਤੂੰ ਤਾਂ ਦਿੱਤੀ ਦਵਾਈ ਦਾਰਾ ਸ਼ਿਕੋ ਨੂੰ, ਪਰ ਅਸੀਂ ਉਸੇ ਸਰੋਵਰ ਦੇ ਵਿੱਚੋਂ ਲੋਕਾਂ ਨੂੰ ਠੀਕ ਕਰਾ ਕੇ ਭੇਜਦੇ ਪਏ ਹਾਂ। ਇਹ ਬਹੁਤ ਜ਼ਰੂਰੀ ਹੈ ਜੀ ਕਿ ਇਹ ਸੋਚ ਜਿਹੜੀ ਹੈਗੀ ਹੈ ਬਹੁਤ ਪ੍ਰਚਲਿਤ ਜਿਹੜੀ ਹੁੰਦੀ ਜਾ ਰਹੀ, ਇਹਦੇ ਉੱਤੇ ਇਸ ਨੂੰ ਰੋਕ ਲਾਈ ਜਾਏ ਅਤੇ ਗੁਰੂ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਅਡੋਪਟ ਕੀਤਾ ਜਾਏ, ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਮਤਲਬ ਤਾਂ ਇਹੀ ਹੈਗਾ ਕਿ ਅਸੀਂ ਉਸ ਵਿੱਚੋਂ ਜੋ ਜੀਵਨ ਜਾਚ ਸਾਨੂੰ ਦੱਸੀ ਗਈ ਹੈ ਉਸ ਨੂੰ ਅਸੀਂ ਅਡੋਪਟ ਕਰਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ, ਅਤੇ ਹਰ ਰੋਜ਼ ਜਿਹੜਾ ਇੱਕ ਜੀਵਨ ਇੱਕ ਕਰਾਮਾਤ ਹੈਗੀ ਹੈ, ਸਵੇਰੇ ਉੱਠਦੇ ਹਾਂ, ਸਾਹ ਲੈਂਦੇ ਹਾਂ, ਗੱਲਬਾਤ ਕਰ ਰਹੇ ਹਾਂ, ਖਾਂਦੇ ਹਾਂ, ਆਸ ਪਾਸ ਦੇਖਦੇ ਹਾਂ, ਇਹ ਸਾਰੀ ਕਰਾਮਾਤ ਤੋਂ ਅਸੀਂ ਹੈਰਾਨ ਹੋ ਕੇ ਵਾਹਿਗੁਰੂ ਜਿਹੜਾ ਵਾਹ ਦਾ ਕੋਨਸੈਪਟ ਹੈ ਉਹ ਲੈ ਕੇ ਆਈਏ ਆਪਣੇ ਜੀਵਨ ਵਿੱਚ, ਕਿ ਐਵੇਂ ਅਸੀਂ ਵੀ ਉਸ ਚੜ੍ਹਦੀ ਕਲਾ ਦਾ ਪ੍ਰਤੀਕ ਕਰੀਏ, ਇਹ ਕਰਾਮਾਤ ਹੈ। ਬਿਲਕੁਲ, ਤੁਹਾਡਾ ਧੰਨਵਾਦ ਇਸ ਵਿਸ਼ੇ ਦੇ ਉੱਤੇ ਆ ਕੇ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7575 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਸਾਡਾ ਮਕਸਦ ਇਹਨਾਂ ਪ੍ਰੋਗਰਾਮਸ ਵਿੱਚ ਇਹਨਾਂ ਇਸ਼ੂਜ਼ 'ਤੇ ਗੱਲਬਾਤ ਕਰਨ ਦਾ ਕਿ ਸਿਰਫ ਕਿੰਤੂ ਪਰੰਤੂ ਨਾ ਹੋਵੇ, ਅਸਲ ਵਿੱਚ ਜਿਸ ਗਲਤ ਰਾਹ 'ਤੇ ਅਸੀਂ ਤੁਰ ਪਏ ਹਾਂ ਕਿਵੇਂ ਉਸਨੂੰ ਅਸੀਂ ਰੋਕ ਸਕਦੇ ਹਾਂ, ਇਹ ਸਾਰਿਆਂ ਦੇ ਯਤਨ ਨਾਲ ਹੀ ਹੋ ਸਕਦਾ ਹੈ। ਕਿਉਂਕਿ ਜੇਕਰ ਡਾਕਟਰ ਕਾਲਾ ਸਿੰਘ ਜਾਂ ਹੋਰ ਜਿਹੜੇ ਪਤਵੰਤੇ ਇੱਥੇ ਆਉਂਦੇ ਨੇ, ਮਿਹਨਤ ਕਰਕੇ ਪ੍ਰੋਗਰਾਮਸ ਨੂੰ ਤਿਆਰ ਕਰਕੇ ਆ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਨੇ, ਸੋ ਅਗੇਨ ਫੋਕਸ ਇਹੀ ਹੈਗਾ ਕਿ ਇਹ ਜਿਹੜੀਆਂ ਮਨਮਤੀਆਂ ਚੀਜ਼ਾਂ ਜਿਹੜੀਆਂ ਸਾਡੇ 'ਤੇ ਪਾਰੂ ਹੋ ਰਹੀਆਂ ਨੇ, ਇਸ ਤੋਂ ਅਸੀਂ ਬਚ ਸਕੀਏ, ਗੁਰੂ ਦੇ ਸਿਧਾਂਤ ਨਾਲ ਜੁੜ ਕੇ ਆਪਣੇ ਜੀਵਨ ਵਿੱਚ, ਆਪਣੇ ਘਰਾਂ ਵਿੱਚ, ਆਪਣੇ ਸਮਾਜ ਵਿੱਚ, ਆਪਣੇ ਦੇਸ਼ ਵਿੱਚ ਪਰਿਵਰਤਨ ਲਿਆ ਸਕੀਏ। ਪ੍ਰੋਗਰਾਮ ਦੀ ਕਰਦਾ ਇੱਥੇ ਹੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।